ਸੁਸਾਇਡ ਕਰਨ ਦਾ ਕਾਰਨ ਕੀ ਹੈਗਾ ਕੁੜੀ ਦਾ ਦੱਸੋ। ਇਦਾਂ ਦਾ ਤਾਂ ਕੋਈ ਕਿਸੇ ਨਾਲ ਗੱਲਬਾਤ ਵੀ ਹੈ ਨਹੀਂ ਕਿ ਨਹੀਂ ਤੇ ਕੁੜੀ ਨੇ ਜਿੱਦਾਂ ਸੁਸਾਇਡ ਕਰ ਲਿਆ ਜਿੱਦਾਂ ਕੋਈ ਦੁਸ਼ਮਣੀ ਹੋਵੇ ਜਾਂ ਡਾਕਟਰ ਵੱਲੋਂ ਕੁਛ ਕਿਹਾ ਜਾਵੇ ਨਹੀਂ ਇਹ ਤਾਂ ਹਾਂਜੀ ਕੱਲ ਤੋਂ ਕਹਿੰਦੀ ਮੈਂ ਆਉਣਾ ਮੰਮੀ ਸਵੇਰ ਨੂੰ ਡਾਕਟਰ ਜਾਣ ਨਹੀਂ ਦਿੱਤਾ ਵੀ ਕਹਿਣਾ ਨਹੀਂ ਸ਼ਾਮ ਨੂੰ ਮੇਰੇ ਨਹੀਂ ਹਾਂਜੀ ਕੀ ਕਹਿੰਦੇ ਵੇ ਤੁਸੀਂ ਡਾਕਟਰ ਕਹਿੰਦੇ ਇਦਾਂ ਦੀ ਨਹੀਂ ਉਹ ਡਾਕਟਰ ਕਹਿੰਦੇ ਵੀ ਤੁਸੀਂ ਘਰ ਦੱਸ ਕੇ ਲੋਏ ਲੋਏ ਜਾਣਾ ਨੇਰੇ ਨਹੀਂ ਆਪਣੇ ਘਰ ਜਾਣਾ ਇਦਾਂ ਦੀ ਕੋਈ ਗੱਲ ਨਹੀਂ ਡਾਕਟਰ ਤੇ ਕਹਿੰਦੇ ਜੀ ਚੰਗਾ ਹੀ ਬਹੁਤ ਹੈ ਡਾਕਟਰ ਨਹੀਂ ਸੁਸਾਇਡ ਦਾ ਕਾਰਨ ਤੁਹਾਨੂੰ ਕੋਈ ਗੱਲਬਾਤ ਪਹਿਲਾਂ ਹੋਈ ਸੀਗੀ ਕੋਈ ਦਾਦਾ ਸੀਗਾ ਪਰੇਸ਼ਾਨ ਚਲਦੇ ਪਏ ਸੀ ਕੋਈ ਨਹੀਂ ਗੱਲ ਹੋਈ ਕੱਲ ਤੇ ਕਹਿੰਦੀ ਮੈਂ ਜਾਣਾ ਘਰ ਨੂੰ ਆਉਣਾ ਕਹਿੰਦੀ ਸਵੇਰ ਨੂੰ ਮੰਮੀ ਜਿਹੜੀ ਤੁਹਾਡੀ ਕੁੜੀ ਆ ਕਿੰਨਾ ਟਾਈਮ ਹੋ ਗਿਆ ਹਸਪੀਟਲ ਜੌਬ ਕਰਦੇ ਹੋਏ ਇੱਥੇ ਹੋਈ 2 ਮਹੀਨੇ ਹੋਏ ਮੈਡਮ ਲਾਸਟ ਟਾਈਮ ਗੱਲ ਕਦੋਂ ਹੋਈ ਸੀਗੀ ਕੱਲ ਹੀ ਹੋਈ ਬਸ ਕੀ ਗੱਲਬਾਤ ਕੀ ਗੱਲਬਾਤ ਕੁਛ ਨਹੀਂ ਕਹਿੰਦੀ ਮੰਮੀ ਮੈਂ ਕੱਲ ਨੂੰ ਆਉਂਗੀ ਹੁਣ ਹਨੇਰਾ ਹੋ ਗਿਆ ਰਾਤ ਕਹਿੰਦੀ ਮੈਂ ਸਵੇਰੇ ਆਉਂਗੀ जल्दी घर मैं पूछा फोन करके कहते इतने आओ जल्दी इन्होंने दसा ही गल बात ਇਦਾਂ ਹੋਇਆ ਆ ਉਥੋਂ ਅਸੀਂ ਜਲਦੀ ਜਲਦੀ ਇੱਥੇ ਨੱਠੇ ਆਏ ਆ ਕੁੜੀ ਦੀ ਉਮਰ ਕਿੰਨੀ ਸੀਗੀ ਉਮਰ 20 ਸਾਲ ਦੀ ਹੋਈ ਆ ਕੱਲ ਕੁੜੀ ਤੁਹਾਡੀ ਕੀ ਲੱਗਦੀ ਸੀ ਸਿਸਟਰ ਆ ਮੇਰੀ ਆਹਾਂ ਕੱਲ ਬਰਥਡੇ ਸੀਗਾ ਕਹਿੰਦੀ ਕੱਲ ਬਰਥਡੇ ਸੀਗਾ ਮੈਂ ਕੱਲ ਫੋਨ ਕਰਦਾ ਸੀ ਮੈਂ ਕਿਹਾ ਰਾਤੀ ਮੇਰੇ ਨਾਲ ਗੱਲ ਹੋਈ ਆ ਮੈਂ ਕਿਹਾ ਵੀ ਆਈ ਨਹੀਂ ਤੂੰ ਤੇ ਕਹਿੰਦੀ ਨਹੀਂ ਭਾਜੀ ਅੱਜ ਨਹੀਂ ਆ ਹੋਇਆ ਕੱਲ ਨੂੰ ਆਉਣਾ ਮੈਂ ਰਾਤ ਜੋ ਨੇ ਆਉਣਾ ਸੀਗਾ ਘਰੇ ਕਹਿੰਦੀ ਮੈਂ ਸਵੇਰ ਨੂੰ ਆਉਂਗੀ ਭਾਈ ਲਾਸਟ ਟਾਈਮ ਤੁਹਾਡੀ ਉਹਨਾਂ ਨਾਲ ਕਦੋਂ ਗੱਲ ਹੋਈ ਸੀ ਕੀ ਕਿਹਾ ਸੁਣਨ ਤੁਹਾਨੂੰ ਮੈਨੂੰ ਤਾਂ ਇਹੋ ਹੀ ਕਿਹਾ ਵੀ ਕਹਿੰਦੀ ਭਾਜੀ ਮੈਂ ਕੱਲ ਨੂੰ ਆਉਣਾ ਆ ਘਰੇ ਤੁਹਾਨੂੰ ਕਿਸੇ ਦੇ ਸ਼ੱਕ ਹੈਗਾ ਵੀ ਇੰਨਾ ਕਿਸੇ ਦੀ ਵਜ੍ਹਾ ਤੋਂ ਸੁਸਾਈਡ ਕਰ ਸਕਦੀ ਕੁੜੀ ਇਹ ਤਾਂ ਹੁਣ ਪਤਾ ਨਹੀਂ ਗਾ ਇੱਥੇ ਤਾਂ ਕਹਿ ਨਹੀਂ ਸਕਦੇ ਕੁਝ ਵੀ ਕਿੱਦਾਂ ਸਟਾਫ ਸੀਗਾ ਤੁਹਾਡਾ ਕੀ ਨਾਮ ਸੀਗਾ ਮੇਰਾ ਨਾਮ ਲਖੂ ਕਿਹੜੇ ਪਿੰਡ ਦੇ ਰਹਿਣ ਵਾਲੇ ਅੰਬੀਆ ਤੋਸਾ ਪਿੰਡ ਕਰਤਾਰਪੁਰ ਤੁਸੀਂ ਚਾਹੁੰਦੇ ਹੋ ਜੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਕੋਈ ਕਾਰਨ ਹੈ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਕੁੜੀ ਦਾ ਸੀ ਫੋਨ ਵਗੈਰਾ ਤੁਸੀਂ ਦੇਖਿਆ ਤੁਹਾਨੂੰ ਮਿਲਿਆ ਨਹੀਂ ਹਜੇ ਤਾਂ ਇੱਥੇ ਪਹੁੰਚੇ ਹੀ ਆਏ ਹੀ ਇੱਥੋਂ ਉਹ ਲੈ ਗਏ ਹਸਪੀਟਲ ਕੋਈ ਇੱਥੇ ਦਾ ਇਸ਼ੂ ਤਾਂ ਨਹੀਂ ਸੀ ਉਹਨਾਂ ਦੇ ਨਾਲ ਕੋਈ ਹਸਪੀਟਲ ਦੇ ਵਿੱਚ ਤੁਹਾਨੂੰ ਕਰੀ ਕੰਪਲੇਂਟ ਕੀਤੀ ਉਹਨਾਂ ਨੇ ਕਿ ਕੋਈ ਪਰੇਸ਼ਾਨ ਚਲਦੇ ਆ ਜਾਂ ਕੋਈ ਸੈਲਰੀ ਨੂੰ ਲੈ ਕੇ ਹੋਵੇ ਸੈਲਰੀ ਨੂੰ ਲੈ ਕੇ ਕੋਈ ਛੁੱਟੀ ਨੂੰ ਲੈ ਕੇ ਇਦਾਂ ਦੀ ਤਾਂ ਕੋਈ ਗੱਲਬਾਤ ਨਹੀਂ ਹੋਈ ਹਜੇ ਡਾਕਟਰ ਵੱਲੋਂ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਹਜੇ ਬਾਕੀ ਹੁਣ ਬਾਕੀ ਕਾਰਵਾਈ ਹੋਊਗੀ ਤੇ ਫਿਰ ਪਤਾ ਲੱਗੂਗਾ ਕਿ ਕੀ ਪ੍ਰੋਬਲਮ ਸੀਗੀ ਉਹਨਾਂ ਨੂੰ ਓਪੀਡੀ ਕਰਦੇ ਪਏ ਸੀ ਮੈਂ ਕਰਦਾ ਪਿਆ ਸੀ ਮੇਰੇ ਕੋਲ ਸਟਾਫ ਇੱਕ ਭੱਜੀ ਆਈ ਕਿ ਡਾਕਟਰ ਸਾਹਿਬ ਆਈ ਉਹ ਇੱਕ ਲੜਕੀ ਪੱਖੇ ਲੜ ਰਹੀ ਸੀ ਅਸੀਂ ਸਾਰਾ ਸਟਾਫ ਗਏ ਹਾਂ ਜੋ ਮੈਂ ਦੇਖਿਆ ਜਾ ਕੇ ਬਲੂ ਸੀ ਬਿਲਕੁਲ ਕੋਈ ਪੁਲਿਸ ਨਹੀਂ ਸੀ ਜੀ ਆਪਾਂ ਉਸ ਵੇਲੇ ਪੁਲਿਸ ਨੂੰ ਇਨਫੋਰਮ ਕਰਤਾ ਸੀ ਜਿਹੜੇ ਸਾਡੇ ਲੋਕਲ ਹੈ ਪੁਲਿਸ ਵਾਲੇ ਆ ਗਏ ਸੀ ਡਾਕਟਰ ਸਾਹਿਬ ਕੁੜੀ ਦਾ ਨਾਮ ਕੀ ਹੈ ਪ੍ਰਿਆ ਪ੍ਰਿਆ ਕਿੰਨਾ ਟਾਈਮ ਹੋ ਗਿਆ ਤੁਹਾਡੇ ਤੋਂ ਕੰਮ ਕਰਦੇ ਹੋ ਦੇਖਿਆ ਲਾ ਸ਼ਾਇਦ 2 ਮਹੀਨੇ ਹੋ ਗਏ ਸਰ ਤੇ ਐਗਜ਼ੈਕਟ ਟਾਈਮ ਦੱਸੋ 2 ਮਹੀਨੇ 3 ਮਹੀਨੇ ਬਹੁਤ ਐਕਸਪਲੋਰੀ ਨੂੰ ਪਤਾ ਹੁੰਦਾ ਸਰ ਸੁਸਾਇਡ ਕਰਨ ਦਾ ਕਾਰਨ ਕੀ ਹੈ ਸੁਸਾਇਡ ਦਾ ਨਹੀਂ ਸਾਡੀ ਬੜੀ ਵਧੀਆ ਲੜਕੀ ਸੀ ਸਭ ਨਾਲ ਹਸਮੁਖ ਵੀ ਕਿਸੇ ਨਾਲ ਕੁਝ ਦੁਸ਼ਮਣੀ ਹੋਵੇ ਅੰਦਰ ਹਸਪੀਟਲ ਦੇ ਵਿੱਚ ਸਵੇਰੇ ਸਟਾਫ ਜਿਹੜੀਆਂ ਉਹਦੇ ਰੂਮਮੇਟ ਹੈਗੀਆਂ ਉਹਨਾਂ ਦੇ ਨਾਲ ਬੜਾ ਸੋਹਣਾ ਆ ਮੇ ਕੋ ਕੋਰੀ ਰੂਮਮੇਟ ਖੜੀਆਂ ਸੀ ਸਰ ਲਾਸਟ ਡਿਊਟੀ ਕਦੋਂ ਕੀਤੀ ਸੀ ਉਹਨਾਂ ਨੇ ਦੇਖਾ ਕੱਲ ਕੀਤੀ ਕੱਲ ਨਾਈਟ ਹੈ ਕੱਲ ਨਾਈਟ ਕੀਤੀ ਸੀ ਕੱਲ ਡੇ ਕੀਤੀ ਸੀ ਉਹ ਬਲਾਈਂ ਅਜੇ ਨੂੰ ਬਲਾਈਂ ਸਾਰੇ ਫੈਮਿਲੀ ਮੈਂਬਰ ਨੂੰ ਗੈਸ ਦਾਸਤਾ ਆ ਗਏ ਅਜੇ ਕਿੱਥੇ ਦੇ ਰਹਿਣ ਵਾਲੇ ਇਧਰ ਉਹ ਕਰਤਾਰਪੁਰ ਦੇ ਮੰਮੀ ਵੀ ਆ ਗਏ ਉਹਦਾ ਬ੍ਰਦਰ ਵੀ ਆ ਗਿਆ ਬੁਲਾ ਲਿਆ ਆਪਾਂ ਜੀ ਤੇ ਕੁੜੀ ਦਾ ਇੰਟਰਸਟ ਕਰਦੀ ਸੀ ਉਹਦਾ ਕੰਮ ਤੇ ਲੱਗੀ ਸੀ ਹੈ ਜਿਹੜੀ ਪ੍ਰਿਆ ਹੈ ਜੀ ਇੰਟਰਸਟ ਕਰਦੀ ਸੀ ਕੰਮ ਤੇ ਲੱਗੀ ਸੀ ਨਹੀਂ ਨਹੀਂ ਕੰਮ ਕਰਦੀ ਸਾਡੇ ਕੋਲ 2 ਮਹੀਨੇ ਤੋਂ ਜੋਬ ਹੈ ਡਿਊਟੀ ਕਰਦੀ ਨਰਸਿੰਗ ਸਟਾਫ ਸਰ 2 ਮਹੀਨੇ 1 ਮਹੀਨਾ ਸਰ ਕਲੀਅਰ ਦੱਸੋ 2 ਮਹੀਨੇ ਤੋਂ ਜੋਬ ਕਰ ਰਹੀ ਹੈ 1 ਮਹੀਨੇ ਤੋਂ ਕਰ ਰਹੀ ਹੈ ਅਜੀ ਆਈ 1 ਮਿੰਟ ਇਹ ਇਧਰ ਆਏ ਸਰ ਕੋਈ ਸੁਸਾਈਡ ਨੋਟ ਮਿਲਿਆ ਪੁਲਿਸ ਵਾਲੇ ਕਹਿੰਦੇ ਨਹੀਂ ਮਿਲਿਆ ਅਸੀਂ ਨਹੀਂ ਦੇਖਿਆ ਪੁਲਿਸ ਵਾਲੇ ਜਿਹੜੇ ਉਹਨਾਂ ਦੇ ਨਾਲ ਰੂਮ ਸ਼ੇਅਰ ਕਰਦੇ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਸਰ ਜਿੰਨਾ ਵੀ ਸਟਾਫ ਇੱਥੇ ਰਹਿੰਦਾ ਤੁਹਾਡਾ ਆ ਸਾਡੀ ਨਰਸ ਉਹਦੇ ਨਾਲ ਹੀ ਸੀ ਕੰਫਰਟੇਬਲ ਸੀ ਇਹਨਾਂ ਨੂੰ ਕੋਈ ਲੱਗਿਆ ਨਹੀਂ ਨਹੀਂ ਸਰ ਜਿੰਨਾ ਵੀ ਤੁਹਾਡਾ ਹਸਪੀਟਲ ਦਾ ਸਟਾਫ ਹੈ ਇਸੇ ਹਸਪੀਟਲ 'ਚ ਰਹਿੰਦਾ ਜਾਂ ਪੀਜੀ 'ਚ ਵੀ ਰਹਿੰਦੇ ਬਾਹਰ ਨਹੀਂ ਪੀਜੀ 'ਚ ਨਹੀਂ ਰਹਿੰਦੇ ਜਿਹੜੇ ਲੋਕਲ ਹੈ ਘਰੋਂ ਆਉਂਦੇ ਆ ਜੀ ਬਾਕੀ ਕਈ ਕੁੜੀਆਂ ਸਾਡੇ ਕੋਲ ਰਹਿੰਦੀਆਂ ਸਰ ਕੁੜੀ ਕਿੱਥੇ ਦੀ ਰਹਿਣ ਵਾਲੀ ਸੀ ਕਰਤਾਰਪੁਰ ਇਹਨਾਂ ਦਾ ਕੋਈ ਪਹਿਲਾਂ ਵੀ ਇਹਨਾਂ ਦੀ ਸਿਸਟਰ ਇੱਥੇ ਹਸਪੀਟਲ 'ਚ ਜੋਬ ਕਰਦੇ ਸੀ ਪਹਿਲਾਂ ਸਾਡੇ ਕੋਲ 2 ਕੁੜੀਆਂ ਆਈਆਂ ਸੀਗੀਆਂ ਇੱਕ ਕੁੜੀ ਮਹੀਨਾ ਕੰਮ ਕੀਤਾ ਇਹਨੇ ਸਾਡੇ ਕੋਲ ਕੰਟੀਨਿਊ ਕੀਤਾ ਪਰ ਤੁਹਾਨੂੰ ਕੀ ਲੱਗਦਾ ਹੈ ਕੀ ਕਾਰਨ ਹੋ ਸਕਦਾ ਜਿਹੜਾ ਸੁਸਾਈਡ ਕੀਤਾ ਨਹੀਂ ਸਾਡੇ ਨਾਲ ਇੱਥੇ ਬਿਹੇਵੀਅਰ ਉਹਦਾ ਬੜਾ ਨਾਰਮਲ ਵਧੀਆ ਮਿਹਨਤੀ ਕੁੜੀ ਸਰ ਕੁੜੀ ਅੱਜ ਘਰ ਜਾਣਾ ਸੀ ਉਹਨਾਂ ਨੇ ਪੁਲਿਸ ਨੂੰ ਕਹਿ ਰਹੇ ਕਿ ਇਹ ਪਤਾ ਹੁੰਦਾ
ਭਾਜੀ ਕੱਲ੍ਹ ਬਿਲਕੁਲ ਠੀਕ ਠਾਕ ਸੀ, ਇੱਦਾਂ ਦੀ ਕੋਈ ਵੀ ਗੱਲ ਨਹੀਂ ਹੋਈ। ਔਰ ਅਸੀਂ ਤਾਂ ਮਾਰਨਿੰਗ 8 ਵਜੇ ਡਿਊਟੀ 'ਤੇ ਆ ਗਏ ਸੀਗੇ, ਉਸ ਤੋਂ ਬਾਅਦ ਉਹੀ ਰੂਮ ਵਿੱਚ ਸੀਗੇ। ਨਹੀਂ ਨਹੀਂ ਭਾਜੀ, ਕਿੰਨਾ ਟਾਈਮ ਤੋਂ ਤੁਹਾਡੇ ਨਾਲ ਰੂਮ ਸ਼ੇਅਰ ਕਰਕੇ ਰਹਿ ਰਹੇ ਸੀਗੇ? ਕੁੜੀ ਵੱਲੋਂ ਇੱਕ ਜਿਹੜਾ ਬਾਹਰ ਕਿਹਾ ਜਾ ਰਿਹਾ ਸੀ, ਕਹਿੰਦੇ ਕੁੜੀ ਨੇ ਅੱਜ ਘਰ ਜਾਣਾ ਸੀਗਾ ਤੇ ਅੱਜ ਉਹਨਾਂ ਨੇ ਸੁਸਾਈਡ ਕਰ ਲਿਆ ਸੀਗਾ, ਤੇ ਜਿਹੜੀ ਬਾਹਰ ਕੁੜੀ ਸੀਗੀ ਉਹ ਕੌਣ ਸੀਗੀ? ਇੱਕ ਲੇਡੀ ਨੇ ਮੈਮ ਨੇ ਬਿਆਨ ਦਿੱਤੇ ਬਾਹਰ ਸੀਗੇ। ਹਾਂਜੀ, ਕੱਲ ਉਹਨਾਂ ਨੇ ਕੱਲ ਘਰ ਜਾਣਾ ਸੀਗਾ, ਉਸ ਤੋਂ ਬਾਅਦ ਉਹਨਾਂ ਨੇ ਖੁਦ ਹੀ ਕਿਹਾ, ਕਹਿੰਦੇ ਕਿ ਅਸੀਂ ਕੱਲ ਮੈਂ ਦੀਦੀ ਨਹੀਂ ਘਰ ਜਾਣਾ, ਮੈਂ ਅਰਲੀ ਮਾਰਨਿੰਗ ਚਲੀ ਜਾਣਾ। ਉਹਨਾਂ ਦੀ ਪਹਿਲਾਂ ਕੋਈ ਸਿਸਟਰ ਵੀ ਇਸ ਹਸਪੀਟਲ ਦੇ ਵਿੱਚ ਜੌਬ ਕਰਦੇ ਸੀ? ਉਹਨਾਂ ਦੀ ਸਿਸਟਰ ਸੀਗੀ, ਉਹਨਾਂ ਨੇ 1 ਮੰਥ ਕੰਮ ਕੀਤਾ, ਬਾਅਦ ਵਿੱਚ ਉਹਨਾਂ ਦੇ ਐਗਜ਼ਾਮ ਸੀ। ਉਹਦੇ ਨਾਮ ਕੀ ਹੈ? ਉਹਨਾਂ ਦਾ ਕੀ ਨਾਮ ਹੈ? ਅਨੀਸ਼ਾ। ਤੇ ਜਿਹੜੀ ਪ੍ਰਿਆ ਕੁੜੀ, ਉਹਨੂੰ ਟੋਟਲ ਕਿੰਨਾ ਟਾਈਮ ਹੋ ਗਿਆ ਇੱਥੇ ਜੌਬ ਕਰਦੇ? ਡੇਢ ਮੰਥ। ਤੁਸੀਂ ਉਹਨਾਂ ਨੂੰ ਤੁਸੀਂ ਕਿਹਾ ਨਾ ਵੀ ਉਹਨਾਂ ਨੇ ਘਰ ਜਾਣਾ ਸੀ, ਅੱਜ ਉਹਨਾਂ ਨੇ ਕਿਹਾ ਮੈਂ ਘਰ ਨਹੀਂ ਜਾਣਾ। ਉਹ ਘਰ ਸਰ ਕੱਲ੍ਹ ਕਹਿ ਰਹੇ ਸੀ, ਕੱਲ੍ਹ ਉਹ ਡਿਊਟੀ ਤੋਂ ਡਿਊਟੀ ਉਹਨਾਂ ਦੀ 2 ਵਜੇ ਆਫ ਹੋ ਗਈ ਸੀ, 2 ਵਜੇ ਤੋਂ ਬਾਅਦ ਉਹ ਕਹਿ ਰਹੇ ਆ ਕਿ ਮੈਂ ਸਿੱਧੀ ਘਰ ਨਹੀਂ ਜਾਣਾ, ਮੈਂ ਕੱਲ੍ਹ ਘਰ ਜਾਣਾ, ਅੱਜ ਨਹੀਂ ਜਾਣਾ। ਕੋਈ ਸੁਪਰਵਾਈਜ਼ਰ ਵੱਲੋਂ ਤਾਂ ਨਹੀਂ ਝਟਕਾ ਝੁਟਕਾ ਕਹਿੰਦੇ ਮਾਰੀ? ਕਿਸੇ ਸੁਪਰਵਾਈਜ਼ਰ ਕਿਸੇ ਵੱਲੋਂ ਨਹੀਂ ਕਿਸੇ ਨੂੰ ਝਟਕ ਪਈ। ਐਪਲੀਕੇਸ਼ਨ ਵਗੈਰਾ ਉਹਦੀ ਪਈ ਹੋਈ ਆ, ਉਹਨੇ ਖੁਦ ਨਹੀਂ ਫਾਰਮ ਉਹਦਾ ਪਿਆ। ਚਾਹੇ ਛੁੱਟੀ ਨਾ ਦਿੱਤੀ ਜਾਂਦੀ ਹੋਵੇ ਹਸਪੀਟਲ ਵੱਲੋਂ, ਕੋਈ ਇਦਾਂ ਦੀ ਦਿੱਕਤ ਤਾਂ ਨਹੀਂ ਸੀ? ਕੋਈ ਦਿੱਕਤ ਨਹੀਂ ਸਾਡੇ ਚਾਹ ਉਹਨਾਂ ਨੇ ਘਰ ਜਾਣਾ ਹੋਵੇ ਕਿ ਹਸਪੀਟਲ ਇਦਾਂ ਦੀ ਕੋਈ ਦਿੱਕਤ ਨਹੀਂ। ਤੇ ਹਸਪੀਟਲ ਵੱਲੋਂ ਸੈਲਰੀ ਦੇ ਲੈ ਕੇ ਕੋਈ ਇਸ਼ੂ ਹੋਵੇ? ਕੋਈ ਸੈਲਰੀ ਤਾਂ ਜੀ ਮਿਲਣੀ ਸਾਨੂੰ 10 ਤਰੀਕ ਨੂੰ ਸੈਲਰੀ ਦਾ, ਪਹਿਲਾਂ ਤਾਂ ਕੋਈ ਗੱਲ ਹੀ ਨਹੀਂ ਇਦਾਂ ਦੀ ਸੈਲਰੀ ਵੱਲੋਂ ਕੋਈ ਦਿੱਕਤ। ਠੀਕ ਹੈ ਜੀ, ਮੈਂ ਐਸ ਐਚ ਓ ਬਲਜਿੰਦਰ ਸਿੰਘ ਥਾਣਾ ਡਿਵੀਜ਼ਨ ਨੰਬਰ 2 ਜੀ। 12:27 ਵਜੇ ਸਾਨੂੰ ਕੰਟਰੋਲ 'ਚੋਂ ਫੋਨ ਆਇਆ ਜੀ ਕਿ ਲੜਕੀ ਨੇ ਜਿਹੜਾ ਇੱਥੇ ਸੁਸਾਈਡ ਕਰ ਲਿਆ। ਹੁਣ ਇਹਦੇ ਮਾਂ ਬਾਪ ਨੂੰ ਅਸੀਂ ਬੁਲਾ ਲਿਆ ਜੀ, ਜੋ ਬਿਆਨ ਦੇਣਗੇ ਉਸ ਹਿਸਾਬ ਨਾਲ ਕਾਰਵਾਈ। ਇਹਦੀ ਕੁੜੀ ਦਾ ਨਾਂ ਪ੍ਰਿਆ। ਕਿੱਥੇ ਦੀ ਰਹਿਣ ਵਾਲੀ ਆ? ਇਹ ਡਾਕਟਰ ਸੁਰਿੰਦਰ ਸਿੰਘ ਵਾਸੀ ਅੰਬੀਆਂ ਤੋਂ ਥਾਣਾ ਕਰਤਾਰਪੁਰ। ਕੋਈ ਸੁਸਾਈਡ ਨੋਟ ਵਗੈਰਾ ਮਿਲਿਆ ਨਹੀਂ ਸਰ? ਕਿੰਨੇ ਸਮੇਂ ਪਹਿਲਾਂ ਜੁਆਇਨਿੰਗ ਕੀਤੀ ਸੀ ਇਹਨੇ ਤੇ ਕੁਝ ਪਤਾ ਲੱਗਾ ਕਿ ਇੱਥੇ ਕਿੰਨੇ ਸਮੇਂ ਪਹਿਲਾਂ ਜੁਆਇਨਿੰਗ ਕੀਤੀ ਸੀ ਹਸਪੀਟਲ ਦੇ ਵਿੱਚ? ਕੀ ਪਤਾ ਦੱਸ ਦਿੰਦੇ ਮੈਂ ਡਾਕਟਰ ਸਾਹਿਬ ਨੂੰ। ਕੋਈ ਸੁਸਾਈਡ ਪਹਿਲਾਂ ਇਹ ਸਿਸਟਰ ਵੀ ਕਰਦੀ, ਉਹਦੇ ਨਾਲ ਵੀ ਗੱਲ ਕਰ ਲੈ ਕੇ ਉਹਨੂੰ ਬੁਲਾ ਲਈਏ ਅਸੀਂ, ਉਹ ਨੌਕਰੀ ਛੱਡ ਕੇ ਇੱਥੇ ਜਾ ਚੁੱਕੀ। ਰੂਮਮੇਟਸ ਵਾਲੇ ਨਾਲ ਗੱਲਬਾਤ ਹੋਈ ਹੋਵੇਗੀ? ਹਾਂਜੀ, ਜਿਹੜੀ ਉਹਨਾਂ ਨਾਲ ਰੂਮ ਸ਼ੇਅਰ ਕਰਦੇ ਨੇ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਦੱਸਿਆ ਵੀ ਟਾਣਾ ਵਾਲੀ। ਬਿੰਦਰ ਇਹ ਇਕੱਲੀ ਰਹਿੰਦੀ ਸੀ ਰੂਮ ਦੇ ਵਿੱਚ ਕਿ ਦੋ ਜਣੀਆਂ ਰਹਿੰਦੀਆਂ? ਸਾਥਣਾ ਵੀ ਦੋ ਨਾਲ ਰਹਿੰਦੀਆਂ। ਉਹ ਡਿਊਟੀ 'ਤੇ ਨੇ? ਉਹ ਡਿਊਟੀ 'ਤੇ ਨੇ। ਅਤੇ ਪਰਿਵਾਰਕ ਮੈਂਬਰਾਂ ਨੂੰ ਸਲਾਹ ਦੇ ਦਿੱਤੀ ਗਈ? ਹੋਰ ਜੋ ਪਰਿਵਾਰਕ ਮੈਂਬਰ ਸਲਾਹ ਦੇ ਲਈ ਨੇ ਕਿ ਉਹ ਵੀ ਕਾਰਵਾਈ ਪਾਉਂਦੀ ਕੋਈ ਜ਼ਰੂਰ ਕਰਾਂਗੇ।